ਅਸੀਂ ਮਲਟੀਵਰਸ ਦੇ ਜਲ ਚੱਲਦਾ ਸੀ। ਨਹੀਂ 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 ਉੱਚੇ ਸਿਮਰਨ ਵਾਲਾ ਦਾ ਚੱਲਦਾ ਹੁੰਦਾ, ਸੰਧੂ ਵਾਲਾ ਦਾ ਆਪਣਾ ਪੁੱਤ ਹੀ। ਕਿਸੇ ਟਾਈਮ ਪੰਜਾਬ ਵਿੱਚ ਅੰਬੈਸਡਰ ਕਾਰਾਂ ਦਾ ਜ਼ਮਾਨਾ ਸੀ। ਚਲੋ 70-72 ਤੋਂ ਲਗਭਗ ਇੱਕ ਫੌਜੀ ਦਾ ਸੀ ਸਾਡੇ ਪਹਿਲਾਂ, ਜਦੋਂ ਅਸੀਂ ਕਾਲਜ ਲਾਈਫ ਦੇ ਦੇਖਿਆ ਨਾ ਉਦੋਂ ਉਹਦਾ ਇਕੱਲੇ ਦਾ ਚੱਲਦਾ ਸੀ। ਉਸ ਤੋਂ ਵੀ ਪਹਿਲਾਂ ਗੱਲ ਕਰੀਏ ਕਾਰਾਂ, ਗੱਡੀਆਂ, ਬੱਸਾਂ, ਜੀਪਾਂ ਅਤੇ ਹੋਰ ਸਾਧਨਾਂ ਦੀ। ਪਰ ਲੰਬੇ ਸਮੇਂ ਤੋਂ ਪੇਂਡੂ ਲੋਕਾਂ ਦਾ ਇੱਕੋ ਇੱਕ ਸਾਧਨ ਭੂੰਡ, ਪਿੰਡ ਪਿੰਡ ਗਲੀ ਗਲੀ ਜਾਣ ਵਾਲਾ ਭੂੰਡ, ਸਵਾਰੀਆਂ ਨੂੰ ਆਰਾਮਦਾਇਕ ਅਹਿਸਾਸ ਦਿਵਾਉਣ ਵਾਲਾ ਭੂੰਡ। ਗੱਲਬਾਤ ਕਰਾਂਗੇ ਉਸ ਭੂੰਡ ਬਾਰੇ। ਕੀ ਹੈ ਭੂੰਡ ਦੀ ਜ਼ਿੰਦਗਾਨੀ, ਕਦੋਂ ਜੁੜਿਆ ਇਹ ਪੇਂਡੂ ਜ਼ਿੰਦਗੀਆਂ ਦੇ ਨਾਲ, ਕਿੰਨਾ ਕੁ ਸਹਾਇਕ ਹੈ ਇਹ ਪੇਂਡੂ ਜ਼ਿੰਦਗੀਆਂ ਬਾਰੇ, ਆਓ ਗੱਲਬਾਤ ਕਰਦੇ ਹਾਂ। ਨਹੀਂ ਉਹਨਾਂ ਦੇ ਖਰਚਿਆਂ ਨਾਲ ਇਹਦਾ ਖਰਚੇ 'ਚ ਜ਼ਿਆਦਾ ਡਿਫਰੈਂਸ ਹੈ, ਫਰਕ ਹੈ। ਅੱਛਾ ਜੀ, ਇਹਦੀ ਤਾਂ ਸਵਾਰੀਆਂ ਵਾਲੇ ਟਾਈਮ ਤਾਂ ਇਹ ਨਹੀਂ ਪਤਾ ਲੱਗਦਾ ਵੀ ਮਿੰਨੀ ਬੱਸ ਜਿੰਨੀਆਂ ਬੱਸ ਸਵਾਰੀਆਂ ਲੈ ਜਾਂਦਾ ਇਹਦਾ, ਜਾਂ ਕੋਈ ਵਿਆਹ ਤਿਉਹਾਰ ਜਾਂ ਕੋਈ ਹੋਰ ਹੁੰਦਾ ਨਾ, ਉੱਥੇ ਬਹੁਤ ਸਵਾਰੀਆਂ ਲੈ ਜਾਂਦਾ 25। ਭਾਵੇਂ ਕਿ ਅੱਜ ਲੋਕ ਵੱਡੀਆਂ ਵੱਡੀਆਂ ਲਗਜ਼ਰੀ ਕਾਰਾਂ ਦੇ ਮਾਲਕ ਹੋ ਗਏ ਹਨ, ਉਹ ਵੀ ਸਮਾਂ ਸੀ ਜਦੋਂ ਪਿੰਡਾਂ ਵਿੱਚ ਲੋਕ ਘੰਟਿਆਂ ਬੱਧੀ ਖੜ ਕੇ ਭੂੰਡ ਦਾ ਇੰਤਜ਼ਾਰ ਕਰਦੇ ਸਨ, ਕਿਉਂਕਿ ਉੱਥੇ ਬੱਸਾਂ ਨਹੀਂ ਪਹੁੰਚਦੀਆਂ ਸਨ। ਹਾਲਾਂਕਿ ਅੱਜ ਵੀ ਬਹੁਤ ਸਾਰੇ ਅਜਿਹੇ ਪਿੰਡ ਹਨ ਜਿੱਥੇ ਬੱਸਾਂ ਨਹੀਂ ਪਹੁੰਚ ਸਕਦੀਆਂ, ਪਰ ਕਈ ਦਹਾਕੇ ਬੀਤਣ ਤੋਂ ਬਾਅਦ ਵੀ ਠੱਕ 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 ਕਰਦਾ ਆਪਣੀ ਚਾਲੇ ਚੱਲਦਾ ਇਹ ਭੂੰਡ ਲੋਕਾਂ ਦੀ ਸੇਵਾ ਕਰ ਰਿਹਾ ਹੈ। ਭੂੰਡ ਜਿਹਨੂੰ ਕਿ 1978 ਦੇ ਕਰੀਬ ਇਸ ਮਾਰਕੀਟ ਦੇ ਵਿੱਚ ਲਿਆਂਦਾ ਗਿਆ। ਇਸ ਕੰਪਨੀ ਨੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਲਈ ਅਤੇ ਸਵਾਰੀਆਂ ਨੂੰ ਇੱਕ ਸੁੱਖ ਆਰਾਮ ਦੀ ਸਹੂਲਤ ਦੇਣ ਦੇ ਲਈ ਸੋਚਿਆ ਹੋਵੇਗਾ। ਆਪਣੀ ਚਾਲੇ ਚੱਲਦਾ ਆਪਣੇ ਪਿੰਡੇ 'ਤੇ 25 ਦੇ ਕਰੀਬ ਲੋਕਾਂ ਨੂੰ ਅਤੇ ਕਈ ਕੁਇੰਟਲਾਂ ਭਾਰ ਚੱਕ ਕੇ ਮੰਜ਼ਿਲ ਤੱਕ ਪਹੁੰਚਾਉਂਦਿਆਂ ਤੁਸੀਂ ਆਪ ਦੇਖਿਆ ਹੋਵੇਗਾ। ਅਸੀਂ ਗੱਲਬਾਤ ਕੀਤੀ ਪੇਂਡੂ ਲੋਕਾਂ ਨਾਲ ਅਤੇ ਉਹਨਾਂ ਨਾਲ ਇਹ ਪਤਾ ਲੱਗਿਆ ਕਿ ਪੇਂਡੂ ਲੋਕਾਂ ਦਾ ਗੱਡਾ ਅੱਜ ਵੀ ਕਾਇਮ ਹੈ। ਇਹ ਕਈ ਸਵਾਰੀਆਂ ਨੂੰ ਛੱਤ 'ਤੇ ਬਿਠਾ ਕੇ ਨਾਲ ਲਟਕਦਿਆਂ ਲੈ ਕੇ ਜਾਂਦਾ ਹੈ ਆਪਣੀ ਚਾਲੇ ਚੱਲਦੇ। ਸਮਾਂ ਭਾਵੇਂ ਅੱਜ ਬਹੁਤ ਆਧੁਨਿਕ ਹੋ ਗਿਆ ਹੈ, ਪਰ ਫਿਰ ਵੀ ਪਤਾ ਨਹੀਂ ਕਿਉਂ ਲੋਕ ਭੂੰਡ ਦਾ ਸਾਥ ਛੱਡਣਾ ਨਹੀਂ ਚਾਹੁੰਦੇ। ਆਮ ਮਤਲਬ ਜਿਹੜੇ ਛੋਟੇ ਅੱਡੇ ਨੇ ਉਹਨਾਂ ਅੱਡਿਆਂ ਤੋਂ ਇਹ ਸਾਰਿਆਂ 'ਤੇ ਜਾਂਦਾ ਹੈ, ਜਿੱਥੇ ਕਿ ਆਮ ਸਵਾਰੀ ਨੂੰ ਲਾਭਦਾਇਕ ਹੈ। ਜਿਹੜੀ ਬੱਸ ਆ ਉਹ ਵੱਡੇ ਅੱਡਿਆਂ 'ਤੇ ਘੁੰਮਦੀ ਚੱਲਦੀ ਰਹਿੰਦੀ ਹੈ, ਇਸ ਕਰਕੇ ਮਤਲਬ ਇਹਦਾ ਜ਼ਿਆਦਾ ਹੀ ਫਾਇਦਾ ਹੈ। ਵੀ ਕਿੰਨਾ ਕੁ ਚਿਰ ਹੋ ਗਿਆ ਇਹ ਭੂੰਡ ਲੋਕਾਂ ਦੀਆਂ ਜ਼ਿੰਦਗੀ ਦੇ ਵਿੱਚ ਆਇਆ ਹੈ? ਭਾਰਸ ਰੋਡ ਦੇ ਉੱਤੇ ਉਹ ਜਾਂਦਾ ਹੁੰਦਾ ਸੀ ਨਾਭਾ ਗੇਟ ਸੰਭੜੋ ਤੋਂ, 70-72 ਦੀ ਗੱਲ ਹੈ। ਵੀ ਭੂੰਡ ਦੇ ਬਰਾਬਰ ਆਟੋ ਰਿਕਸ਼ੇ ਵੀ ਆ ਗਏ, ਕਾਰਾਂ ਵੀ ਆ ਗਈਆਂ, ਇਹਦੀ ਕਿਉਂ ਨਹੀਂ ਬਣਤਰ ਚੇਂਜ ਹੋਈ? ਇਹ ਸਭ ਤੋਂ ਮਤਲਬ ਪੁਰਾਣਾ ਹੈ ਜਿਹੜਾ ਚੱਲਦਾ ਸਾਡੇ ਪਿੰਡ 'ਚ ਵੀ ਚੱਲਦਾ ਪੁਰਾਣਾ, ਉਹ ਇਸ ਟਾਈਮ ਆਪਦਾ ਉਹ ਰੱਖੀ ਬੈਠਾ ਚੱਲ ਰਿਹਾ ਹੈ, ਵਧੀਆ ਖਰਚਾ ਘੱਟ ਹੈ, ਆਮਦਨ ਜ਼ਿਆਦਾ ਹੈ। ਇਹ ਲੰਬੇ ਸਮੇਂ ਤੋਂ ਗਿਣਤੀ ਘੱਟਦੀ ਜਾਂਦੀ ਹੈ, ਪਹਿਲਾਂ ਹੁੰਦੇ ਸੀ ਇੱਕ ਅੱਡਿਆਂ 'ਚ 25-25, 50-50 ਖੜੇ ਹੁੰਦੇ ਸੀ, ਹੁਣ ਲੋਕਾਂ ਨੇ ਜਿਹਦੇ ਭੂੰਡ ਵਿੱਚ ਟੈਂਪੂ ਪਾ ਲਿਆ।
ਰਸਤੇ ਦੇ ਵਿੱਚ ਜਿੱਥੇ ਮਰਜ਼ੀ ਰੋਕ ਕੇ ਸਵਾਰੀ ਚੜ੍ਹ ਜੇ, ਬੱਸ ਵਾਲਾ ਸਾਨੂੰ ਚੜ੍ਹਾਉਂਦਾ ਨੀ, ਇਹ ਆਰਾਮਦਾਇਕ ਆ, ਇਹ ਫਾਇਦੇਮੰਦ ਆ ਆਮ ਲੋਕਾਂ ਦਾ ਜੀ। ਇਹਦੇ ਚ ਅਲਾਟ ਤਾਂ ਇਹ 7 ਸਵਾਰੀਆਂ, ਪਰ ਜਾਣੀ ਕਿ ਹੁਣ ਜੇ 7 ਸਵਾਰੀਆਂ ਗੱਲ, ਅਗਲੇ ਦਾ ਖਰਚਾ ਨੀ ਪੂਰਾ ਹੁੰਦਾ, ਅਗਲਾ 10 ਵੀ ਲੈ ਜਾਂਦਾ 12 ਵੀ ਲੈ ਜਾਂਦਾ, ਨਹੀਂ ਉਹਦਾ ਕੱਟਦਾ। ਹੁਣ ਨਵੀਂ ਤਕਨੀਕ ਆ ਰਹੀ ਆ, ਉਹ ਆਰਾਮਦਾਇਕ ਆ, ਜਦ ਉਹਦੇ ਸ਼ੌਕਰ ਨੇ ਡੈਕਾ ਡੂਗਾ ਘੱਟ ਲੱਗਦਾ। ਇਹ ਜਾਣੀ ਕਿ ਪੁਰਾਣੇ ਬੁੱਢਾ ਵਾਲੀ ਸਵਾਰੀ ਜਿਵੇਂ ਆਪਾਂ ਗੱਡੇ ਕਹਿ ਲਈਏ,